ਚੋਣਾਂ ਤੋਂ ਪਹਿਲਾਂ ਕੰਬਿਆ ਪੰਜਾਬ, ਸ਼ਰੇਆਮ ਮਾਰਤਾ ਆਮ ਆਦਮੀ ਪਾਰਟੀ ਦਾ ਆਗੂ, ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ ਕਾਰਨ। ਤਾਂ ਮਾਨਸਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਪ ਆਗੂ ਦਾ ਕਤਲ ਕਰ ਦਿੱਤਾ ਗਿਆ ਹੈ। ਜੀ ਹਾਂ, ਪਿੰਡ ਖੈਰਾ ਖੁਰਦ ਦਾ ਇਹ ਮਾਮਲਾ ਹੈ ਜਿੱਥੇ ਕਿ ਪੰਚਾਇਤੀ ਚੋਣਾਂ ਦੌਰਾਨ ਨਿੱਜੀ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜਿੱਥੇ ਚੋਣਾਂ ਦਾ ਮਾਹੌਲ ਹੈ, ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ, ਅਤੇ ਅਚਾਨਕ ਇਸ ਦੌਰਾਨ ਆਪ ਪਾਰਟੀ ਦੇ ਆਗੂ ਦਾ ਜਿਹੜਾ ਕਤਲ ਹੈ ਉਹ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਰਾਧੇ ਸ਼ਾਮ ਵਜੋਂ ਹੋਈ ਹੈ, ਜਿਸਦਾ ਬੇਰਹਿਮੀ ਦੇ ਨਾਲ ਦੇਰ ਰਾਤ ਕਤਲ ਕਰ ਦਿੱਤਾ ਗਿਆ ਅਤੇ ਇੱਕ ਸੁੰਨਸਾਨ ਰਾਹ ਦੇ ਉੱਤੇ ਉਸਦੀ ਲਾਸ਼ ਪਈ ਹੋਈ ਮਿਲਦੀ ਹੈ। ਤਾਂ ਇਸ ਤੋਂ ਬਾਅਦ ਪਿੰਡ ਹੈ ਜਿਹੜਾ ਉਹ ਪੂਰੀ ਤਰੀਕੇ ਦੇ ਨਾਲ ਕੰਬ ਜਾਂਦਾ ਹੈ ਕਿ ਅਚਾਨਕ ਅਜਿਹਾ ਜਿੱਥੇ ਕਿ ਚੋਣ ਜਾਪਦਾ ਲੱਗਿਆ ਹੋਇਆ ਅਤੇ ਇਸ ਦੌਰਾਨ ਅਜਿਹੀ ਜਿਹੜੀ ਹਰਕਤ ਦੇਖਣ ਨੂੰ ਮਿਲੀ ਹੈ, ਇਹ ਜੀ ਜਿਹੜੀ ਘਟਨਾ ਹੈ ਜਿਹੜੀ ਪਿੰਡ ਦੇ ਵਿੱਚ ਵਾਪਰੀ ਹੈ, ਇਹ ਵਾਕਈ ਸਹਿਮ ਦਾ ਮਾਹੌਲ ਪੈਦਾ ਕਰਦੀ ਹੈ। ਇਸ ਤੋਂ ਬਾਅਦ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ, ਕਿਉਂਕਿ ਪੰਚਾਇਤੀ ਚੋਣਾਂ ਦਾ ਮਾਹੌਲ ਹੈ ਅਤੇ ਇਸ ਦੌਰਾਨ ਕਤਲ ਦੀ ਵਾਰਦਾਤ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਹੈ। ਤਾਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਸਾਥੀ ਨੇ ਕੀ ਦੱਸਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਮੈਂ ਰਾਧੇ ਸ਼ਾਮ, ਸਾਬਕਾ ਸਰਪੰਚ ਭਾਜਨ ਲਾਲ ਦੇ ਘਰ ਸੀ, ਜੋ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਜੋ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ, 7 ਤਾਰੀਖ ਲਾਸਟ ਹੈ, 4 ਤਾਰੀਖ ਲਾਸਟ ਹੈ, ਉਸ ਦੇ ਵਿੱਚ ਅਸੀਂ ਕਰੀਬ ਸਾਨੂੰ ਮੈਨੂੰ ਅਤੇ ਭਾਜਨ ਲਾਲ ਨੂੰ 12 ਵਜੇ 11:30 ਦੇ ਕਰੀਬ ਰਾਧੇ ਸ਼ਾਮ ਜ਼ਿਆਦਾ ਰਾਤ ਹੋਣ ਕਰਕੇ ਜਿਹੜਾ ਹੈਗਾ ਆਪਦੀ ਇਸੇ ਗੱਡੀ 'ਤੇ ਘਰ ਨੂੰ ਆ ਗਿਆ, ਅਤੇ ਅਸੀਂ 12 ਵਜੇ ਦੇ ਕਰੀਬ ਮੈਂ ਅਤੇ ਭਾਜਨ ਲਾਲ ਆਪਦੇ ਘਰ ਰਹਿ ਗਿਆ, ਮੈਂ ਆਪਣੇ ਘਰ ਆ ਕੇ ਸੌਂ ਗਿਆ। ਮੈਨੂੰ ਸੁਬਹਾ 4:53 'ਤੇ ਜਿਹੜਾ ਹੈਗਾ ਸ਼ੀਸ਼ਪਾਲ ਸਨ ਆਫ ਖਾਨਾ ਰਾਮ ਦਾ ਫੋਨ ਆਉਂਦਾ ਵੀ ਇਸ ਤਰ੍ਹਾਂ ਕਿ ਉਹ ਗਰਾਊਂਡ 'ਚ ਆਉਂਦੇ ਨੇ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ ਹੋਊਗਾ। ਫਿਰ ਮੈਂ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ, ਮੈਂ SHO ਸਰਦੂਲਗੜ੍ਹ ਨੂੰ, ਮੈਂ ਅਤੇ ਸਰਪੰਚ ਭਾਜਨ ਲਾਲ ਨੇ ਜਿਹੜਾ ਹੈਗਾ ਉਹ ਫੋਨ ਕੀਤਾ, ਅਸੀਂ ਇੱਧਰ ਆ ਗਏ, ਇੰਨੇ 'ਚ ਪੁਲਿਸ ਮੁਲਾਜ਼ਮ ਵੀ ਆ ਗਏ। ਅਤੇ ਜਿਹੜਾ ਹੈਗੀ ਆ ਕੀ ਨੇ ਕੀਤਾ ਹੈ ਉਹ ਤਾਂ ਅਸੀਂ ਦੇਖਿਆ ਨਹੀਂ, ਕੋਈ ਸਾਨੂੰ ਪਤਾ ਨਹੀਂ, ਪਰ ਜਿਹੜਾ ਕਰਵਾਇਆ ਹੈ ਉਹ ਕਲੀਅਰ ਹੈ ਕਿ ਅਕਬਰ ਸਲੀਮ ਮੇਨ ਕੋਂਸਪੀਰੇਟਰ ਹੈ, ਉਸ ਦੇ ਨਾਲ ਜਿਹੜਾ ਹੈਗਾ ਉਹ 9 ਬੰਦੇ ਹੋਰ ਨੇ, ਪ੍ਰਵੀਨ ਕੁਮਾਰ, ਪ੍ਰਮੋਦ ਕੁਮਾਰ ਸਨ ਆਫ ਓਮ ਪ੍ਰਕਾਸ਼, ਸੁਨੀਲ ਕੁਮਾਰ ਸਨ ਆਫ ਜਗਦੀਸ਼ ਰਾਮ, ਇਹਨਾਂ ਦੇ ਪਰਿਵਾਰ 'ਚ ਹੀ ਸ਼ਾਦੀਸ਼ੁਦਾ। ਅਤੇ ਉਸ ਤੋਂ ਬਿਨਾਂ ਸੁਭਾਸ਼ ਜੈਣੀ ਸਨ ਆਫ ਘੀਸਾ ਰਾਮ, ਆਤਮਾ ਰਾਮ ਸਨ ਆਫ ਰਾਮ ਮੂਰਤੀ, ਆਤਮਾ ਰਾਮ ਸਨ ਆਫ ਲਿਖਮਾ ਰਾਮ, ਮੋਹਿਤ ਕੁਮਾਰ ਸਨ ਆਫ ਦੇਵੀ ਲਾਲ, ਸੁਭਾਸ਼ ਚੰਦਰ ਬਦਰੀ ਰਾਮ ਅਤੇ ਆਤਮਾ ਰਾਮ ਸਨ ਆਫ ਸ਼ੰਕਰ ਲਾਲ, ਇਹਨਾਂ ਨੇ ਜਿਹੜਾ ਹੈਗਾ ਇਹ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਨੇ ਇਸ ਨਾਲ ਰਾਜਨੀਤਿਕ ਸ਼ੈ ਦੇ ਤਹਿਤ। ਅਤੇ ਜਿਹੜਾ ਹੈਗਾ ਅਕਬਰ ਸਲੀਮ ਨੇ ਪਹਿਲਾਂ ਵੀ ਰਾਧੇ ਸ਼ਾਮ ਸਮੇਤ 23-24 ਬੰਦਿਆਂ 'ਤੇ 2 ਕੇਸ ਮਾਨਯੋਗ ਅਦਾਲਤ ਵਿੱਚ ਕੀਤੇ ਹੋਏ ਹਨ, ਝੂਠੇ ਕੇਸ ਕੀਤੇ ਹੋਏ ਹਨ, ਇਹ ਗੱਲ ਹੋਈ ਹੈ ਜੀ। ਬੇਨਤੀ ਕੀਤੀ ਆ ਵੀ FIR 2 ਮਿੰਟ ਰੁਕੋ ਸਰ, FIR ਦਰਜ ਕਰਕੇ ਮੇਨ ਸਾਜਿਸ਼ ਜਿਹੜੇ ਸਾਜਿਸ਼ ਕਰਤਾ ਇਹਨਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇਹ ਸਾਰੇ ਵਕਵੇ ਦੀ ਤਹਿ ਤੱਕ ਜਾਇਆ ਜਾਵੇ। ਚੜ੍ਹਦੀ ਕਲਾ ਟਾਈਮ TV ਲਈ ਮਾਨਸਾ ਤੋਂ ਭਗਵੰਤ ਚਹਿਲ ਦੀ ਰਿਪੋਰਟ।